ਸਤਿ ਸ੍ਰੀ ਅਕਾਲ ਵੀਰੋ, ਅਸੀਂ ਜੰਮੂ ਦੇ ਅੱਜ ਕਠੂਏ ਸ਼ਹਿਰ ਦੇ ਵਿੱਚ ਆਏ ਹਾਂ। ਆਹ ਵੀਰ ਨੇ, ਇਹਦਾ ਨਾਂ ਨਰੇਸ਼ ਕੁਮਾਰ ਆ, ਜੇ ਐਂਡ ਕੇ ਦੇ ਕਠੂਏ ਸ਼ਹਿਰ ਦੇ ਵਿੱਚ ਰਹਿਣ ਵਾਲਾ। ਇਹ ਵੀਰ ਨੇ ਆਹ ਕਾਰਡ ਬਣਾਇਆ, ਦੇਖੋ ਆਹ ਦੇਖੋ, ਨਰੇਸ਼ ਕੁਮਾਰ ਇਹਨਾਂ ਦਾ ਨਾਂ ਆ। ਆਹ ਕਾਰਡ ਜਿੰਨਾ 5 ਲੱਖ ਤੱਕ ਅਸੀਂ ਫ੍ਰੀ ਇਲਾਜ ਕਰਾ ਸਕਦੇ ਹਾਂ। ਇਹ ਸਾਡੇ ਪੰਜਾਬ 'ਚ ਨਹੀਂ ਬਣੇ, ਇਹ ਨਰੇਸ਼ ਕੁਮਾਰ ਜੀ ਦਾ ਬਣਿਆ ਆ। ਪੂਰਾ ਹਿੰਦੁਸਤਾਨ ਇਹ ਕਾਰਡ ਦਾ ਫਾਇਦਾ ਲੈ ਰਿਹਾ, ਕਿਉਂਕਿ ਮੰਗਿਆ ਕੋਈ 1 ਲੱਖ ਰੁਪਏ ਨਹੀਂ, ਰਿਸ਼ਤੇਦਾਰ ਵੀ ਤੱਕ ਨਹੀਂ ਦਿੰਦਾ। ਇਹ ਮੋਦੀ ਸਰਕਾਰ ਵੱਲੋਂ ਸਕੀਮ ਚੱਲੂ ਕੀਤੀ ਹੋ ਆ। ਇਹ ਬੰਦੇ ਦੇ ਇਹਨਾਂ ਦੇ ਨਰੇਸ਼ ਕੁਮਾਰ ਜੀ ਦੇ ਮੂੰਹੋਂ ਸੁਣਨਾ, ਕਿਹਦਾ ਨਰੇਸ਼ ਕੁਮਾਰ ਜੀ ਦਾ ਕੋਈ ਫਾਇਦਾ ਹੈਗਾ ਆਪਾਂ? ਹਾਂ ਜੀ, 5 ਲੱਖ ਰੁਪਏ ਦਾ ਫਾਇਦਾ ਜੀ ਇਹਦਾ, ਅਸੀਂ ਹੋਸਪਿਟਲ 'ਚ 5 ਲੱਖ ਦਾ ਇਲਾਜ ਕਰਵਾ ਸਕਦੇ ਹਾਂ ਫ੍ਰੀ। ਅੱਛਾ, ਇਹਦਾ ਕਦੀ ਫਾਇਦਾ ਲਿਆ ਵੀ ਆ? ਹਾਂ ਜੀ, ਫਾਇਦਾ ਲੈਂਦੇ ਹਾਂ ਜੀ। ਠੀਕ ਆ ਜੀ ਵੀਰੋ, ਦੇਖ ਲਓ ਤੁਸੀਂ ਵੀ ਚੰਗੀ ਤਰ੍ਹਾਂ, ਇਹ ਪੰਜਾਬ 'ਚ ਨਹੀਂ ਆ, ਕਿਉਂ ਪੰਜਾਬ 'ਚ ਸਾਡਾ ਕੈਪਟਨ ਨਿਕੰਮਾ ਮੁੱਖ ਮੰਤਰੀ ਆ। ਇਹ ਕਾਰਡ ਦਾ ਸਾਨੂੰ ਫਾਇਦਾ ਨਹੀਂ ਅਸੀਂ ਲੈ ਸਕੇ। ਫਾਇਦਾ ਕਿਉਂਕਿ ਕੈਪਟਨ ਸਾਹਿਬ ਲੈ ਕੇ ਹੀ ਰਹੀਆਂ ਪੰਜਾਬ 'ਚ, ਕਿਉਂਕਿ ਮੋਦੀ ਸਾਹਿਬ ਨੂੰ ਕਿਤੇ ਵੋਟਾਂ ਦਾ ਨਾ ਫਾਇਦਾ ਹੋ ਜਾਵੇ। ਵੀ ਤੂੰ ਸਹੂਲਤ ਤਾਂ ਦੇ ਦਿੰਦੇ, ਸ਼ਾਇਦ ਲੋਕ ਤੈਨੂੰ ਵੀ ਕਹਿ ਦਿੰਦੇ ਚੰਗਾ ਵੀ ਚਲੋ ਕੈਪਟਨ ਸਾਹਿਬ ਮੋਦੀ ਸਾਹਿਬ ਤੋਂ ਲੈ ਕੇ ਆਏ ਆ ਸਕੀਮ। ਹੈਂ, ਦੇਖੋ ਇੱਦਾਂ ਦੇ ਇਮਾਨਦਾਰ ਮੰਤਰੀ ਨੇ 5 ਲੱਖ ਤੱਕ ਵਾਲਾ ਫ੍ਰੀ ਇਲਾਜ ਕਰਾਉਣ ਵਾਲਾ, ਇਹ ਤੋਂ ਉੱਪਰ ਤਾਂ ਰੱਬ ਹੀ ਆ। ਬਸ ਇਹ 5 ਲੱਖ ਕੋਈ ਛੋਟੀ ਜਿਹੀ ਚੀਜ਼ ਨਹੀਂ ਵੀਰੋ, ਜੇ ਕੋਈ ਵਿਰੋਧੀਆਂ ਪਾਰਟੀਆਂ ਵਾਲੇ ਕਹਿਣਗੇ ਤਾਂ ਮੈਂ ਕਹਿੰਦਾ ਕੈਪਟਨ ਜਿਵੇਂ ਪੰਜਾਬ 'ਚ ਹਰ ਸਹੂਲਤ ਬੰਦ ਕਰ ਦਿੱਤੀ, ਆਟਾ ਦਾਲ ਸ਼ਕਲ ਸਕੀਮ, ਬੁਢਾਪਾ ਪੈਨਸ਼ਨ, ਥਰਮਲ ਪਲਾਂਟ, ਯਾਦਗਾਰਾ ਯਾਤਰਾ ਸਕੀਮ, SC ਸਕੋਲਰਸ਼ਿਪ ਬੰਦ ਕਰਦੇ, ਕੁੜੀਆਂ ਨੂੰ ਸਾਈਕਲ ਬੰਦ ਕਰ ਦਿੱਤੇ, SC ਨੂੰ ਜਿਹੜੀ ਬਿਜਲੀ ਫ੍ਰੀ ਬੰਦ ਕਰ ਦਿੱਤੀ, 11 ਵਾਰ ਬਿਜਲੀ ਮਹਿੰਗੀ ਹੋ ਚੁੱਕੀ ਆ, ਜਾਣਕਿ ਹੋਰ ਵੀ ਮੈਂ ਕਹਿੰਦਾ ਕਬੱਡੀ ਕੱਪ ਬੰਦ ਕਰਦੇ। ਮੈਂ ਕਹਿੰਦਾ ਵੀ ਗਿਣੇ ਨਹੀਂ ਸਕਦੇ ਕਿੰਨੀਆਂ ਕੁ ਸਹੂਲਤਾਂ ਬੰਦ ਕੀਤੀਆਂ। ਆਹ ਤੁਸੀਂ ਕਾਰਡ ਚੰਗੀ ਤਰ੍ਹਾਂ ਦੇਖ ਲਓ, ਐਨ ਇਹ ਮੋਦੀ ਸਰਕਾਰ ਵੱਲੋਂ ਬਣਿਆ ਆ ਜੀ। ਅਸੀਂ ਇਹ ਜਾਣਕਿ ਕੈਪਟਨ ਦੀ ਸਰਕਾਰ ਨੂੰ ਵੋਟ ਨਾ ਪਾਈਏ ਜੇ ਸੈਂਟਰ 'ਚੋਂ ਫਾਇਦਾ ਲੈਣਾ ਹੈ। ਅਤੇ ਇੱਦਾਂ ਦੇ ਨਿਕੰਮੇ ਮੰਤਰੀ ਨੂੰ ਜਿਹੜਾ ਕਿ ਸ਼ਿਮਲੇ ਤੁਰਿਆ ਰਹਿੰਦਾ, ਰੂਸਾ ਆਲਮ ਨਾਲ ਗਰਮੀ 'ਚ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ, ਜਿਹਨੂੰ ਪੰਜਾਬ ਦਾ ਕੋਈ ਜਿਸਲੇ ਕਿਤੇ ਵੋਟਾਂ ਦੀਆਂ ਬਰਗਾੜੀ ਦਾ ਰੋਲਾ ਪਾ ਕੇ ਬਹਿ ਜਾਂਦੇ, ਕਾਂਗਰਸ ਦੇ ਛੱਡੇ ਏਜੰਟ ਜਿਹੜੇ ਉਹ ਉਲਟਾ ਬੋਲਣ ਲੱਗ ਪੈਂਦੇ ਆ ਬਸ ਬਰਗਾੜੀ ਦਾ, ਵੋਟਾਂ ਤੋਂ ਬਾਅਦ ਇਹਨਾਂ ਨੂੰ ਕੁਛ ਨਹੀਂ ਚੇਤਾ ਆਉਂਦਾ, ਵੋਟਾਂ ਤੱਕ ਇਹ ਨਹੀਂ ਰੋਲਾ ਪਾਉਣਾ ਹੁੰਦਾ। ਔਰ ਪੰਜਾਬ ਦਾ ਵਿਕਾਸ ਨਾ ਕਰਨ ਦਿੰਦੇ, ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ ਦੀ ਸਰਕਾਰ। ਆਹ ਕਾਰਡ ਚੰਗੀ ਤਰ੍ਹਾਂ ਦੇਖ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।